ਤੁਸੀਂ ਦੇਖ ਰਹੇ ਹੋ ਆਪਣੀ ਪਿਆਰੀ ਰਮੈਸਾ ਦਾ ਚੈਨਲ ਰਮੈਸਾ 143 ਰਮੈਸਾ ਦੀਆਂ ਪਿਆਰੀਆਂ ਗੱਲਾਂ ਬਾਤਾਂ ਰਮੈਸਾ ਦੀਆਂ ਪਿਆਰੀਆਂ ਗੱਲਾਂ ਬਾਤਾਂ ਚੋਂ ਪਿਆਰ ਵਧੇ ਅੱਜ ਦੀਆਂ ਪਿਆਰੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਹੈ ਕਈ ਔਰਤਾਂ ਨੂੰ ਆदत ਹੁੰਦੀ ਹੈ ਨਾ ਨੇ ਬੰਦਿਆਂ ਤੇ ਬੜਾ ਹੀ ਸ਼ੱਕ ਕਰਦੀਆਂ ਨੇ ਬੜਾ ਹੀ ਸ਼ੱਕ ਕਰਦੀਆਂ ਨੇ ਲੇਕਿਨ ਮੈਨੂੰ ਵਸੇ ਇੱਕ ਗੱਲ ਦੱਸੋ ਜਿੰਨਾ ਵੀ ਸ਼ੱਕ ਕਰਦੀਆਂ ਨੇ ਹਾਸਲ ਕੀ ਕਰ ਲੈਂਦੀਆਂ ਨੇ ਜ਼ਿੰਦਗੀ ਦਾ ਕੋਈ ਵੀ ਰਿਸ਼ਤਾ ਹੈ ਨਾ ਅਗਰ ਤੁਸੀਂ ਉਹਦੀ ਬੁਨਿਆਦ ਤੇ ਤਬਾਹ ਹੋਰ ਵੀ ਕਾਮਯਾਬੀ ਦੀ ਤਰਫ ਜਾਓਗੇ ਅਗਰ ਤੁਹਾਨੂੰ ਇੱਕ ਦੂਸਰੇ ਤੇ ਤਵਾਦੀ ਨਹੀਂ ਤੇ ਉਹਦੇ ਰਿਸ਼ਤੇ ਦਾ ਫਾਇਦਾ ਹੀ ਕੋਈ ਨਹੀਂ ਕੋਈ ਫਾਇਦਾ ਨਹੀਂ ਬੰਦੇ ਦੇ ਨਾਲ ਚੱਲਣ ਦਾ ਜਿੰਦੇ ਤੇ ਤੁਸੀਂ ਦਿਲੋਂ ਟਰਸਟ ਨਹੀਂ ਜੇ ਕਰਤੇ ਇੱਕ ਕੁਛ ਦਿਨੋ ٹرسٹ ਕਰਦੇ ਜੇ ਤਾਂ ਫਿਰ ਉਹਨੂੰ ਆਜ਼ਾਦ ਛੱਡ ਦਿਓ ਦੇਖੋ ਹਰ ਬੰਦਾ ਮਾਇੰਡ ਰੱਖਦਾ ਕਦੀ ਅਸੀਂ ਮੇ ਤੇ ਇੱਕ ਜ਼ਿੰਦਗੀ ਸੀ ਇੰਨਾ ਕਿ ਜਿੰਨਾ ਕਿ ਵੀ ਐਕਸਪੀਰੀਅੰਸ ਸਾਡੀ ਲਾਈਫ ਦਾ ਹੋਇਆ ਮੈਂ ਤੇ ਕੀ ਜਾਣਨੀ ਆ ਤੁਸੀਂ ਕਦੀ ਗੁੱਸੇ ਨੂੰ ਕੈਦ ਕਰਕੇ ਨਹੀਂ ਜੇ ਰੱਖ ਸਕਦੇ ਭਾਵੇਂ ਤੁਹਾਡੇ ਸ਼ੋਹਰ ਨੇ ਭਾਵੇਂ ਤੁਹਾਡੇ ਦੋਸਤ ਨੇ ਭਾਵੇਂ ਤੁਹਾਡੇ ਘਰ ਵਾਲੇ ਨੇ ਤੁਹਾਡੀ ਉਲੜਾ ਜਿਨੇ ਦੇਰ ਤੱਕ ਉਹਨਾਂ ਨੂੰ ਖੁਦ خیال ਨਹੀਂ ਨਾ ਹੋਏਗਾ ਤੁਹਾਡਾ ਤੁਸੀਂ ਲੱਖ ਉਹਨਾਂ ਤੇ ਕਰ ਲਵੋ ਉਹਨਾਂ ਨੇ ਨਹੀਂ ਬਦਲਣਾ ਤੇ ਉਹਨਾਂ ਨੇ ਨਹੀਂ ਬਦਲਣਾ ਜਿਨ੍ਹਾਂ ਨੇ ਤੋੜਿਆ ਉਹਨਾਂ ਨੇ ਤੁਹਾਡਾ ਇਤਬਾਰ ਵੀ ਤੋੜ ਦੇਣਾ ਜੀ ਤੇ ਜਿਹੜੇ ਨਹੀਂ ਨਾ ਤੋੜਦੇ ਨਾ ਤੁਹਾਡਾ ਤੇੜਾ ਦੇ ਨੇ ਨਾ ਤੇ ਤੁਹਾਡੇ ਖਿਲਾਫ ਕਦੀ ਨਹੀਂ ਚੱਲਦੇ ਜੇ ਤੁਹਾਡੇ ਨਾਲ ਦਿਲੋਂ ਪਿਆਰ ਕਰਦੇ ਨੇ ਤੇ ਤੁਹਾਡੇ ਖਿਲਾਫ ਕਦੀ ਨਹੀਂ ਚੱਲਣਗੇ ਮੈਨੂੰ ਸਿਰਫ ਇਨਾ ਕੁ ਪਤਾ ਹੈ ਹਰ ਰਿਸ਼ਤੇ ਦੀ ਬੁਨਿਆਦ ਇਤਬਾਰ ਤੇ ਰੱਖਿਆ ਕਰੋ ਕਿਉਂਕਿ ਇਤਬਾਰ ਬੜੀ ਚੰਗੀ ਚੀਜ਼ ਹੈ ਜਦੋਂ ਇਤਬਾਰ ਨਹੀਂ ਲੈ ਇੱਕ ਦੂਸਰੇ ਤੇ ਰਹਿੰਦਾ ਫਿਰ ਉਹ ਜਿਹੜੇ ਰਿਸ਼ਤੇ ਨੂੰ ਨਿਭਾਉਂਦਾ ਕੋਈ ਫਾਇਦਾ ਨਹੀਂ ਹੁੰਦਾ ਉਹਨੂੰ ਉਹਦੇ ਹਾਲ ਤੇ ਛੱਡ ਦੇਈਂ ਤੇ ਉਹਨੂੰ ਛੱਡ ਦੇਈਂਦਾ ਕਦੀ ਬੰਦਿਆਂ ਨੇ ਵੀ ਇਨਸਾਨ ਕੈਦ ਕਰਕੇ ਰੱਖ ਸਕਦਾ ਔੜ ਦੇ ਪੰਛੀ ਦੇ ਅਗਰ ਤੁਸੀਂ ਪਰ ਕੱਟ ਦਵੋਗੇ ਨਾ ਤੇ ਤੁਹਾਡੇ ਕਾਬਲ ਵੀ ਨਹੀਂ ਰਹੇਗਾ ਇਹਨੂੰ ਆਪਣਾ ਇਤ ਬਾਹਰ ਨਾ ਕਦਵੋ ਕਿਉਂਕਿ ਕੋਈ ਵੀ ਹਲਕਾ ਗਲਤੀ ਕਰਨ ਲੱਗੇ ਨਾ ਤੇ ਉਹਨੇ ਤੁਹਾਡਾ ਖਿਆਲ ਜ਼ਰੂਰ ਆਏ ਇੱਕ ਦਫਾ ਉਹ ਸੋਚੇ ਜ਼ਰੂਰ ਕਿ ਮੈਂ ਜ਼ਿਆਤੀ ਕਰਨ ਲੱਗਾ ਵਾਂ ਮੈਂ ਉਹਦੇ ਨਾਲ ਮਾਰਾ ਕਰਨ ਲੱਗਾ ਵਾਂ ਜੇਕਰ ਉਹ ਜੇਕਰ ਉਹਨੇ ਮੇਰੇ ਨਾਲ ਇਹੋ ਜਿਹਾ ਕੋਈ ਕੰਮ ਕਰ ਲਿਆ ਤੇ ਕਿਆ ਮੈਂ ਬਰਦਾਸ਼ਤ ਕਰ ਸਕਾਂਗਾ ਇੰਨਾ ਤੇ ਕਮਸ ਕਮ ਰਿਸ਼ਤੇ ਦੇ ਵਿੱਚ ਹੋਣਾ ਚਾਹੀਦਾ ਹੈ ਤੇ ਜੇ ਅਗਰ ਇੱਕ ਚੰਗਾ ਹੈ ਨਾ ਤੇ ਸਮਝ ਦੂਸਰਾ ਬਗੈਰ ਠੀਕਰਨ ਲਗਾ ਥੋੜਾ ਜਿਨਾ ਸੋਚ ਲੇਗਾ ਤੇ ਜਿਹੜੇ ਸੋਚਦੇ ਨਹੀਂ ਨਾ ਉਹਨਾਂ ਦੇ ਰਿਸ਼ਤਿਆਂ ਦੀ ਕੋਈ ਗਾਰੰਟੀ ਨਹੀਂ ਹੁੰਦੀ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਮੌਕਮ ਆ ਜਾਂਦੇ ਨੇ ਟੁੱਟ ਟੁਟਾ ਜਾਂਦੇ ਨੇ ਉਹ ਕਦੀ ਵੀ ਨਹੀਂ ਅੱਗੇ ਤੱਕ ਜਾਂਦੇ ਤੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਆਪਣੀ ਜ਼ਿੰਦਗੀ ਦਾ ਐਂਡ ਇਤਬਾਰ ਤੇ ਕਰੋ ਕਿਆ ਉਹ ਤੁਹਾਡਾ ਸ਼ੋਹਰ ਹੈ ਕਿਆ ਉਹ ਤੁਹਾਡੀ ਔਲਾਦ ਹੈ ਤੁਹਾਡੇ ਪਤਨ ਹੈ ਕਈ ਵੀ ਤੁਹਾਡੇ ਨਾਲ ਚਾਹਤ ਕਰਦੇ ਹਨ ਤਾਂ ਤੁਸੀਂ ਅਗਰ ਜਿੰਨੀ ਦੇਰ ਤੱਕ ਉਹਨਾਂ ਦਾ ਬਾਹਰ ਨਹੀਂ ਕਰੋਗੇ ਤੁਹਾਨੂੰ ਦਿਲੀ ਤੌਰ ਤੇ ਸਕੂਨ ਨਹੀਂ ਹੋਏਗਾ ਜਿਹੜੀਆਂ ਔਰਤਾਂ ਸ਼ੱਕ ਵਿੱਚ ਆਪਣੇ ਆਪਣੇ ਬੰਦਿਆਂ ਦੇ ਉੱਤੇ ਬੇਸਕੂਨ ਰਹਿੰਦੀਆਂ ਨੇ ਇੱਕ ਦੀ ਹੋ ਸਕਦਾ ਹੈ ਕਿ ਉਹ ਆਪਣੇ ਫਟ ਸਕਦੀਆਂ ਨੇ ਬੰਦਿਆਂ ਨੇ 24 ਘੰਟੇ ਬਾਹਰ ਜਾਣਾ ਅੰਦਰ ਜਾਣਾ ਉੱਥੇ ਜਾਣਾ ਇੱਥੇ ਜਾਣਾ ਉਹ ਕਿੰਨਾ ਕ ਪਿੱਛਾ ਕਰਨਗੇ ਆਪਣੇ ਆ ਬੰਦਿਆਂ ਦਾ ਜਦੋਂ ਮੁੱਗੀ ਨੂੰ ਆਜ਼ਾਦ ਕਰ ਦਿੱਤਾ ਜਾਂਦਾ ਨਾ ਉਹ ਛੱਤੀਆਂ ਥਾਵਾਂ ਤੋਂ ਵੀ ਅਗਰ ਸਾਰਾ ਦਿਨ ਚੁਗ ਕੇ ਆਂਦਾ ਨਾ ਤੇ ਆਂਦਾ ਰਾਤ ਨੂੰ ਆਪਣੇ ਘਰ 'ਚ ਆਪਣੇ ਗੌਸਲੇ 'ਚ ਆਪਣੀ ਛੱਤ ਥੱਲੇ ਹੀ ਆਂਦਾ ਵੱਡੇ ਪਤਾ ਕੀ ਕਹਿੰਦੇ ਸਨ ਵੱਡੇ ਕਹਿੰਦੇ ਹੁੰਦੇ ਸਨ ਹਾਥੀ ਫਿਰੇ ਗਰਾਹ-ਗਰਾਹ ਹਾਥੀ ਫਿਰੇ ਗਰਾਹ-ਗਰਾਹ ਜਿਸਕਾ ਹਾਥੀ ਉਸਕਾ ਨਾ ਕਿ ਜਿੰਦਾ ਹੋਏਗਾ ਨਾ ਇਹ ਉਸੇ ਦਾ ਹੀ ਕਹਲਾਏਗਾ ਇਹ ਆਪਣੇ ਦਿਲ ਨੂੰ ਤਸੱਲੀ ਦੇਵੋ ਜਿਹੜੇ ਤੁਹਾਡੇ ਬੱਚਿਆਂ ਦੇ ਪਾਪ ਹੁੰਦੇ ਨੇ ਉਹ ਕਿੱਥੇ ਨਹੀਂ ਜਾਂਦੇ ਤੇ ਆਪਣੀ ਜ਼ਿੰਦਗੀਆਂ ਨੂੰ ਬਚਾਏ ਅਸ ਦੇ ਇੱਕ ਬੇਸਕੂਨ ਬਣਾ ਪਰੇਸ਼ਾਨੀ ਚ ਗੁਜ਼ਾਰੋ ਆਪਣੇ ਇੱਕ ਦੂਸਰੇ ਦੇ ਉੱਤੇ ਤਵਾਰ ਬਣਾਓ ਇੱਕ ਦੂਸਰੇ ਤੇ ਟਰਸਟ ਕਰੋ ਇੱਕ ਦੂਸਰੇ ਨੂੰ ਆਪਣੇ ਇਤਬਾਰ ਚ ਲਵੋ ਤੇ ਅੱਲਾ ਦੇ ਸਪੁਰਦ ਕਰਤੇ ਇਨਸ਼ਾ ਅੱਲਾ ਤਾਲਾ ਕਦੇ ਨਹੀਂ ਹੋਏਗਾ ਜੇਕਰ ਤੁਸੀਂ ਉਹਨਾਂ ਨਾਲ ਸੰਧੀਰ ਹੋਵੋਗੇ ਨਾ ਕਿਉਂ ਕਦੀ ਵੀ ਇਹੋ ਜਿਹੀ ਬਗੈਰਤੀ ਕਰਤੇ ਜਿਹੜੇ ਤੁਹਾਨੂੰ ਤੁਹਾਡੇ ਬੱਚਿਆਂ ਦੇ ਬਾਪ ਹੁੰਦੇ ਨੇ ਨਾ ਉਹਨਾਂ ਦੇ ਵਿਚਾਰਨ ਚ 24 ਘੰਟੇ ਆਪਣੇ ਘਰ ਦੀ ਪਈ ਰਹਿੰਦੀ ਤੇ ਜੇ ਬੱਚਿਆਂ ਵਾਲੇ ਹੋ ਕੇ ਵੀ ਅਗਰ ਚਵਲਾ ਮਾਰਨਗੇ ਤੇ ਫਿਰ ਅੱਲਾਹ ਤੇ ਵੰਦਾ ਹੀ ਹੈ ਨਾ ਬਾਕੀ ਅੱਲਾਹ ਤੇ ਜਿਹੜੀ ਡੋਰੀ ਹੈ ਨਾ ਉਹ ਅੱਲਾਹ ਤੇ ਛੱਡ ਦਿਆ ਜੇ ਤੇ ਜੇ ਫੇਰ ਵੀ ਬਾਜ਼ ਨਾ ਆਨ ਤੇ ਫੇਰ ਔਰਤ ਨੇ ਇਖਤਿਆਰ ਹੈ ਔਰਤ ਆਪਣੀ ਲਾਈਫ ਦਾ ਕੋਈ ਦੂਸਰਾ ਡਿਸੀਜਨ ਲੈ ਸਕਦੀ ਹੈ ਮੈਂ ਤੁਹਾਡੇ ਨਾਲ ਫੇਰ ਫੇਰ ਮੈਂ ਤੁਹਾਡੇ ਨਾਲ ਹਾਂ ਕਿ ਜਿਵੇਂ ਜੋ ਤੁਹਾਡਾ ਫਿਰ ਦਿਲ ਕਰੇ ਕਿ ਕਰੋ ਰੂਮਿਆਸਨ ਇਸ ਚੀਜ਼ ਦੇ ਕਾਇਲ ਕਿ ਜੇ ਅਗਰ ਕੋਈ ਅਗਲਾ ਜ਼ਿਆਤੀ ਕਰਦਾ ਨਾ ਹੱਗਿਆ ਆਂਦਾ ਮੌਕਾ ਦਵੋ ਲੇਕਿਨ ਅਗਰ ਉਸ ਮੌਕੇ ਦਾ ਨਚੈਤ ਫਾਇਦਾ ਚੁੱਕੇ ਲਾਜ਼ ਨਹੀਂ ਰੱਖਣਾ ਫਿਰ ਉਹਦੀ ਛੁੱਟੀ ਕਰਾ ਦਿਓ ਫਿਰ ਫਿਰ ਜ਼ਿੰਦਗੀ ਦੀ ਦੂਸਰੀ ਰਾਹ ਬਣਾ ਲਓ ਕੋਈ ਗੱਲ ਨਹੀਂ ਅੱਲਾਹ ਪਾਕ ਨੇ ਇਹ ਇਖਤਿਆਰ ਦਿੱਤਾ ਔਰਤ ਨੂੰ ਅਗਰ ਇੱਕ ਰਸਤਾ ਨਹੀਂ ਸਹੀ ਇੱਕ ਰਸਤਾ ਗਲਤ ਹੈ ਤੇ ਤੁਸੀਂ ਦੂਸਰਾ ਰਸਤਾ ਜਿਹੜਾ ਹੈ ਨਾ ਉਹਨੂੰ ਅਪਣਾ ਸਕਦੇ ਅੱਲਾ ਬਾਕੀ ਨੇਕ ਨਸੀਬ ਕਰੇ ਸਾਰਿਆਂ ਦੇ ਅੱਲਾ ਕਿਸਮਤ ਅੱਛੀ ਕਰੇ ਸੁੱਖ ਸਕੂਨ ਦਵੇ ਆਪਣੇ ਆਪ ਬੰਦਿਆਂ ਦਾ ਸਕੂਨ ਦਵੇ ਔਰਤ ਤੇ ਮਰਦ ਹਮੇਸ਼ਾ ਇੱਕ ਹੀ ਰਹਿਣ ਤੇ ਅੱਛੀ ਕਿਉਂਕਿ ਜਿੰਨਾ ਬਚਾਦਿਆਂ ਨੂੰ ਵਿਵਾਦ ਸਹੀ ਜਾਂਦੀ ਏ ਜੜੀਆਂ ਆਪਣੀਆਂ ਜ਼ਿੰਦਗੀਆਂ ਗਲਤ ਫਹਮੀਆਂ ਦੇ ਸਿਰ ਤੇ ਖਰਾਬ ਕਰ ਲੈਂਦੀਆਂ ਨੇ ਨਾ ਦੁਬਾਰਾ ਥਿਹੜ ਕੇ ਜਾਂਦੀਆਂ ਨੇ ਪਹਿਲਾਂ ਥਿਲੀਓ ਤੇ ਦੁਬਾਰਾ ਵਿਚਾਰੀਆਂ ਜ਼ਿੰਦਗੀ ਦੇ ਵਿੱਚ ਅੱਗੇ ਆਣ ਲੱਗੀਆਂ ਬੜਾ ਹੀ ਖੌਫ ਖਾਂਦੀਆਂ ਨੇ ਫਿਲਹਾਲ ਅੱਲਾ ਨੇ ਜਿਹੜੇ ਜਿਹੜੇ ਦਿੱਤੇ ਨੇ ਅੱਲਾ ਉਹਨਾਂ ਦੇ ਨਾਲ ਹੀ ਰਹਿਣਾ ਤੇ ਖੁਸ਼ ਰਹਿਣਾ ਨਸੀਬ ਕਰੇ ਅੱਲਾ ਨਸੀਬ ਸਾਰਿਆਂ ਦੇ ਛੇ ਕਰੇ ਕਿਸਮਤ ਅੱਛੀ ਕਰੇ ਖੁਸ਼ ਰਵੋ ਖੁਸ਼ੀਆਂ ਫੈਲਾਓ ਤੇ ਆਪਣੀਆਂ ਦੁਆਵਾਂ 'ਚ ਮੈਨੇ ਵੀ ਯਾਦ ਰੱਖਣਾ अल्लाह साली आसानियाँ पैदा करे असल सच याद आया लाइक like करना शेयर करना तो सबक्राइब मस्त कर लिया करो क्योंकि अगर तुम नहीं सबसक्राइब मस्त करोगे तो तुम अपनी एक प्यारी दोस्त मिस करोगे थैंक यू सो मच असलकम वरहत ला वर्कू